ਇਹ JCB ਟਰੱਕ ਇੱਕ ਦਰਜਨ ਸਰਿੰਜਾਂ ਅਤੇ ਸਲਾਈਨ ਟਿਊਬਾਂ ਨਾਲ ਬਣਿਆ ਹੈ। ਦੋ ਸਰਿੰਜਾਂ ਨੂੰ ਪਾਣੀ ਨਾਲ ਭਰੀ ਟਿਊਬ ਨਾਲ ਜੋੜੋ। ਇੱਕ ਸਰਿੰਜ ਦਬਾਉਣ ਤੇ ਦੂਜੀ ਵੀ ਦਬ ਜਾਵੇਗੀ। ਹੁਣ ਇੱਕ ਹਾਈਡ੍ਰੋਲਿਕ ਜੈਕ ਬਣਾਓ। ਦੋ ਸਰਿੰਜਾਂ ਨੂੰ ਇੱਕ CD ਬਾਕਸ ਵਿੱਚ ਫਿੱਟ ਕਰੋ। ਹਾਈਡ੍ਰੋਲਿਕ ਜੈਕ ਨਾਲ ਟਰੱਕ ਨੂੰ ਚੁੱਕੋ ਅਤੇ ਨੀਵਾਂ ਕਰੋ। ਇਹ JCB ਕਈ ਤਰ੍ਹਾਂ ਦੇ ਕੰਮ ਕਰ ਸਕਦੀ ਹੈ। ਪਹਿਲਾ ਪਲੰਜਰ ਜਿਪ ਨੂੰ ਉੱਪਰ ਥੱਲੇ ਘੁੰਮਣ ਵਿੱਚ ਮਦਦ ਕਰਦਾ ਹੈ। ਇਹ ਨੇੜੇ ਦਾ ਦ੍ਰਿਸ਼ ਹੈ। ਦੂਜਾ ਪਲੰਜਰ ਬਾਲਟੀ ਨੂੰ ਘੁਮਾਉਂਦਾ ਹੈ। ਤੀਜਾ ਪਲੰਜਰ ਸਾਰੀ ਕਰੇਨ ਨੂੰ ਸੱਜੇ ਅਤੇ ਖੱਬੇ ਘੁਮਾਉਂਦਾ ਹੈ। ਇਹ ਨੇੜੇ ਦਾ ਦ੍ਰਿਸ਼ ਹੈ। JCB ਪਹੀਆਂ ਤੇ ਘੁੰਮਦੀ ਹੈ। ਚੌਥਾ ਪਲੰਜਰ ਅਗਲੇ ਪਹੀਆਂ ਨੂੰ ਜੈਕਾਂ ਨਾਲ ਚੁੱਕਦਾ ਹੈ। ਪੰਜਵਾਂ ਪਲੰਜਰ ਬੂਮ ਨੂੰ ਉਤਾਵ ਤੇ ਹੇਠਾਂ ਚੱਕਦਾ ਹੈ। ਤੁਸੀਂ ਦੇਖੋਗੇ ਕਿ JCB ਘਾਹ ਦੀ ਪੰਡ ਨੂੰ ਚੁੱਕ ਕੇ ਦੂਜੇ ਪਾਸੇ ਰੱਖਦੀ ਹੈ।